ना हुण तूत रहे ना हुण ओ छावां रहियां ना लोकां कोल समां रहा ना टोकरे रहे है ना असीं मॉडर्न हो गए हाँ भैया कोई आ गया उन्हें क्या करना हाँ मजबूती जाके करता है हाँ फिर उठ टूटी फिर ਵਿਆਹ ਲੋਕ ਕਰਦੇ ਆ ਆਪਣੇ ਪਕੌੜੇ ਉਹਨੂੰ ਮੇਚਾ ਬੁਲਾ ਲੈਂਦੀ ਆ ਮੇਜਾਂ ਦੇ ਪਕੌੜੇ ਲੱਗਣ ਲੱਗ ਗਏ ਹੁਣ ਬਾਈ ਭਾਵੁਕ ਹੋ ਗਿਆ ਬਾਈ ਅੱਖਾਂ 'ਚ ਹੱਥਰੂ ਭਰਿਆ ਆ ਕਿਉਂਕਿ ਇਹ ਦੌਰ ਠੀਕ ਨਹੀਂ ਆ ਬਾਈ ਮੈਂ ਤੁਹਾਨੂੰ ਦੱਸਾਂ ਜਿਹੜਾ ਅਸੀਂ ਕਰਦੇ ਹਾਂ ਨਾ ਉਹਨਾਂ ਕਈਆਂ ਦਾ ਰੁਜ਼ਗਾਰ ਅਸੀਂ ਮਾਰ ਲਿਆ छे महीने बैठ रहा मैं हस्पताल अच्छा। दात बजे चिड़िया पढ़ते तू तो पढ़ते पुरते अगे ब्याह शादी होंगी टोकर देते जी अगले ब्याह शादी कहना सानू पांच टोकर बना दो जी दस टोकर बना दो भी टोकर बना दो जी बनाते इस तरह के ऑर्डर तू ब्याहां दे नेड़े भी टोकरे बना दो जी पचास बना दो नहीं आता जी कोई ऑर्डर नहीं आता जी इस वक्त ਉਹ ਸਾਰਾ ਰਿਜਕ ਪਾਣੀ ਖਤਮ ਹੋ ਗਿਆ ਜੀ ਤੇ ਜਿਹੜੀਆਂ ਇਹ ਸਜਾਵਟਾਂ ਇਹ ਉਂ ਤਾਂ ਸੋਹਣੀਆਂ ਲੱਗਣ ਲੱਗ ਗਈਆਂ ਪਰ ਇਹਨਾਂ ਕਈ ਚੁੱਲ੍ਹਿਆਂ ਦੀਆਂ ਅੱਗਾਂ ਬੁਝਾਤੀਆਂ ਨਾ ਸਜਾਵਟਾਂ ਨੇ ਆ ਛਿਟੀਆਂ ਪੰਜ ਆ ਹੁਣ ਜਦ ਕੋਈ ਵੀ ਬੰਦਾ ਆਪਣੇ ਪੁੱਤ ਨੂੰ ਬਹਿ ਕੇ ਲਿਆਉਂਦਾ ਸੱਤ ਛਿਟੀ ਲੈ ਕੇ ਜਾਂਦਾ ਇਹ ਆਏ ਖਿਲਣੇ ਪਾਤੇ ਜਾਂਦਾ ਸਾਡਾ ਕਮੰਜਾ ਰੁਪਈਏ ਲੱਗਦਾ ਸਾਨੂੰ ਕੋਈ ਨਹੀਂ ਦਿੰਦਾ ਹੁਣ ਜਿਹੜਾ ਆਹ ਟੋਕਰਾ ਪਿਆ ਆਪਣੇ ਕੋਲ ਇਹ ਟੋਕਰਾ ਸਾਡੇ ਕੋਲ 150 ਦਾ ਜੀ ਆਹ ਦੇਖੋ ਟੋਕਰਾ ਕਿੰਨਾ ਲਓ ਦੇਖੋ ਅਤੇ ਅੱਜ ਜਿੰਨੀਆਂ ਟੋਕਰੀਆਂ ਤੁਸੀਂ ਬਣਾਈਆਂ ਇਹ ਅਸੀਂ ਲੈ ਜਾਣੀਆਂ ਤੁਹਾਤੋਂ ਖਰੀਦ ਕੇ ਸਾਰੀਆਂ ਹੀ ਇਹ ਅਸੀਂ ਗੁਰਦੁਆਰੇ ਦੇ ਵਿੱਚ ਦੇਣੀਆਂ ਜੀ ਕਿਉਂਕਿ ਗੁਰੂ ਘਰਾਂ ਦੇ ਵਿੱਚ ਹਲੇ ਹੈਗਾ ਕੰਮ ਜਿੱਥੇ ਲੰਗਰ ਵਗੈਰਾ ਚੱਲਦਾ ਸਤਿ ਸ਼੍ਰੀ ਅਕਾਲ ਦੋਸਤੋ ਸਿਆਣੇ ਕਹਿੰਦੇ ਨੇ ਇੱਕ ਰੁੱਖ 100 ਸੁੱਖ ਸੋ ਸਿਆਣਿਆਂ ਦੀਆਂ ਕਹੀਆਂ ਹੋਈਆਂ ਗੱਲਾਂ ਐਵੇਂ ਨਹੀਂ ਸੀ ਹਵਾ ਦਾ ਤੀਰ ਹੋਈਆਂ ਲੌਜਿਕ ਜਦੋਂ ਗੱਲ ਰੁੱਖਾਂ ਦੀ ਆਉਂਦੀ ਹੈ ਤਾਂ ਗੱਲਾਂ ਬਹੁਤ ਸਾਰੀਆਂ ਤੁਰ ਪੈਂਦੀਆਂ ਕਿਉਂਕਿ ਜੇ ਰੁੱਖ ਹੈ ਤਾਂ ਮਨੁੱਖ ਹੈ ਜੇ ਰੁੱਖ ਹੈ ਤਾਂ ਜੀਵ ਨੇ ਕਿਉਂਕਿ ਰੁੱਖ ਜਿੱਥੇ ਸਾਨੂੰ ਆਕਸੀਜਨ ਦਿੰਦੇ ਨੇ ਤਾਂ ਇਹ ਰੁੱਖ ਸਾਡੇ ਲਈ ਹੋਰ ਬਹੁਤ ਸਾਰੀਆਂ ਸਹੂਲਤਾਂ ਦਾ ਕਾਰਨ ਵੀ ਬਣਦੇ ਨੇ ਜੇ ਇਹਨਾਂ ਰੁੱਖਾਂ 'ਚੋਂ ਹੀ ਇੱਕ ਗੱਲ ਅਸੀਂ ਗੱਲ ਤੂਤ ਦੀ ਕਰੀਏ ਤਾਂ ਤੂਤ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਤੂਤ ਦੇ ਉੱਤੇ
ਗੀਤਕਾਰਾਂ ਨੇ ਗੀਤ ਵੀ ਗਾਏ। ਹੋਵੇ ਤੂਤਾਂ ਵਾਲੀ ਠੰਡੀ ਠੰਡੀ ਛਾਂ ਦੋਸਤੋ, ਗੱਲ ਬਣੇ ਤਾਂ ਦੋਸਤੋ, ਅਜਿਹੇ ਗੀਤ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਜਾਂ ਇਹਨਾਂ ਦੇ ਉੱਤੇ ਕਿਤਾਬਾਂ, ਤੂਤਾਂ ਵਾਲਾ ਖੂਹ, ਤਾਂ ਤੂਤ ਦੀਆਂ ਛਟੀਆਂ ਵੀ ਬੜੀਆਂ ਫੇਮਸ ਨੇ। ਉਹ ਚਾਹੇ ਟੋਕਰੇ ਬਣਾਉਣ ਦੇ ਲਈ ਹੋਵੇ, ਚਾਹੇ ਫਿਰ ਕਿਸੇ ਨੂੰ ਅਕਲ ਦੇਣ ਦੇ ਲਈ, ਮਾਸਟਰਾਂ ਨੇ ਵੀ ਬਹੁਤ ਵਿਹੜੇ ਤੂਤ ਦੀਆਂ ਛਿੱਟੀਆਂ ਦੇ ਨਾਲ। ਸੋ ਅੱਜ ਗੱਲ ਅਸੀਂ ਇਹਨਾਂ ਤੂਤ ਦੀਆਂ ਛਿੱਟੀਆਂ ਦੀ ਕਰਨੀ ਆ, ਤੂਤ ਦੇ ਦਰਖਤ ਦੀ ਕਰਨੀ ਆ, ਅਤੇ ਤੂਤ ਤੋਂ ਬਣਦੇ ਟੋਕਰਿਆਂ ਦੀ ਕਰਨੀ ਆ। ਸੋ ਟੋਕਰਿਆਂ ਦੀ ਗੱਲ ਕਰਾਂਗੇ। ਸ਼੍ਰੀ ਚਮਕੌਰ ਸਾਹਿਬ ਨੂੰ ਜਦੋਂ ਅਸੀਂ ਜਾਂਦੇ ਹਾਂ ਤਾਂ ਰਸਤੇ ਦੇ ਵਿੱਚ ਸੜਕ ਦੇ ਉੱਤੇ ਬਾਈ ਸੁਖਦੇਵ ਅਤੇ ਬਾਈ ਸ਼ਾਮ ਹੋਰੀ ਬੈਠ ਕੇ ਇਹ ਕੰਮ ਕਰਦੇ ਨੇ, ਟੋਕਰੇ ਬਣਾਉਂਦੇ ਨੇ ਤੂਤ ਤੋਂ, ਛਿੱਟੀਆਂ ਤੋਂ ਉਹਨਾਂ ਦੀਆਂ। ਪਰ ਨਾ ਹੁਣ ਤੂਤ ਰਹੇ, ਨਾ ਹੁਣ ਉਹ ਛਾਵਾਂ ਰਹੀਆਂ, ਨਾ ਲੋਕਾਂ ਕੋਲ ਸਮਾਂ ਰਿਹਾ, ਨਾ ਟੋਕਰੇ ਰਹੇ, ਹੈ ਨਾ। ਅਸੀਂ ਮਾਡਰਨ ਹੋ ਗਏ ਹਾਂ ਅਤੇ ਹਰ ਚੀਜ਼ ਮਾਡਰਨ ਲੈ ਕੇ ਆਉਂਦੇ ਹਾਂ ਅਸੀਂ, ਇਹਨਾਂ ਚੀਜ਼ਾਂ ਨੂੰ ਚੰਗਾ ਨਹੀਂ ਸਮਝਿਆ ਜਾਣ ਲੱਗਾ। ਪਰ ਸ਼ਾਇਦ ਉਹ ਦੌਰ ਮੁੜ ਕੇ ਜ਼ਰੂਰ ਆਊਗਾ। ਖੈਰ, ਗੱਲ ਮੈਂ ਲੰਮੀ ਨਾ ਕਰਾਂ, ਬਾਈ ਸ਼ਾਮ ਦੇ ਨਾਲ ਗੱਲਾਂ ਬਾਤਾਂ ਦੀ ਅਸੀਂ ਸਾਂਝ ਪਾਉਣੀ ਆ। ਸਤਿ ਸ਼੍ਰੀ ਅਕਾਲ ਜੀ। ਮਹਾਰਾਜ ਜੀ ਠੀਕ ਹੋ? ਹਾਂ ਠੀਕ ਹੈ ਜੀ। ਕਿੱਥੋਂ ਸ਼ਾਮ? ਪਹਿਲਾਂ ਤੁਸੀਂ ਇਹ ਦੱਸੋ, ਤੁਸੀਂ ਤੁਹਾਡਾ ਪਿੰਡ ਕਿਹੜਾ ਜੀ? ਮਨਸੂਹਾ ਜੀ। ਮਨਸੂਹਾ ਇੱਥੋਂ ਕਿੰਨੀ ਕੁ ਦੂਰ ਆ? ਇੱਥੇ ਤਾਂ ਹੈਗਾ ਜੀ 2-3 ਕਿਲੋਮੀਟਰ ਆ ਜੀ। ਮੈਂ ਤਾਂ ਭਾਈ ਨੂੰ ਮਿਲਣ ਵਾਸਤੇ ਆਇਆ ਜੀ। ਅੱਛਾ, ਸੁਖਦੇਵ ਭਾਈ ਨੂੰ ਮਿਲਣ ਆਏ ਹੋ? ਹਾਂਜੀ। ਇਹ ਭਾਈ ਆ ਤੁਹਾਡਾ? ਹਾਂਜੀ ਭਾਈ ਆ ਜੀ। ਭਾਈ ਨੂੰ ਅਸੀਂ ਕੈਮਰੇ 'ਤੇ ਲੈ ਕੇ ਆਉਣਾ ਸੀ, ਪਰ ਥੋੜ੍ਹਾ ਸੰਗਦਾ ਹੈ। ਹਾਂਜੀ ਹਾਂਜੀ। ਅਤੇ ਮੈਨੂੰ ਪਹਿਲਾਂ ਇਹ ਦੱਸੋ, ਜਿਹੜਾ ਇਹ ਟੋਕਰੇ ਬਣਾਉਣ ਦਾ ਕੰਮ ਆ, ਇਹ ਪਿਤਾ ਪੁਰਖੀ ਕੰਮ ਆ ਤੁਹਾਡਾ? ਮਤਲਬ ਕਿ ਪਹਿਲਾਂ ਮਾਪੇ, ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ ਜਾਂ ਕਿਵੇਂ? ਜੀ ਜਦੀ ਇਹ ਕੰਮ ਚੱਲ ਰਿਹਾ ਜੀ। ਅੱਛਾ। ਸਾਡਾ ਮਾਂ ਬਾਪ ਬਣਾਉਂਦਾ, ਦਾਦਾ ਬਣਾਉਂਦਾ ਰਿਹਾ ਜੀ। ਅੱਛਾ। ਇਹੀ ਕੰਮ ਚੱਲ ਰਿਹਾ, ਇਹੀ ਕੰਮ ਕਰਦੇ ਰਹੇ ਆ। ਅਤੇ ਫਿਰ ਅੱਗੇ ਸ਼ਾਮ ਦੇ ਅੱਗੇ ਤੁਹਾਡੇ ਬੱਚੇ ਹੈਗੇ ਆ? ਹੈਗੇ ਜੀ। ਉਹ ਵੀ ਇਹ ਕੰਮ ਕਰਦੇ ਆ? ਇਹ ਨਹੀਂ ਕਰਦੇ ਜੀ। ਇੱਕ ਬੜੇ ਮੁੰਡੇ ਮੋਟਰਸਾਈਕਲ ਦੁਕਾਨ ਆ ਜੀ, ਛੋਟਾ ਮੁੰਡਾ ਆਪਣਾ ਗੱਡੀ ਸਿਖਾ ਰਿਹਾ ਜੀ ਬੱਚਿਆਂ ਨੂੰ ਆਪਣੀ, ਆਏ ਜੀ ਗੱਡੀ ਥੋੜ੍ਹੀ ਵਰਗੀ ਜੀ। ਇਹ ਆਪਣਾ ਜਿਹੜੇ ਮੈਡਮਾਂ ਸਿੱਖਦੀਆਂ ਗੱਡੀਆਂ ਜੀ, ਕੁੜੀਆਂ ਸਿੱਖਦੀਆਂ, ਉਹਨੂੰ ਗੱਡੀ ਸਿਖਾ ਰਿਹਾ ਜੀ ਛੋਟਾ ਮੁੰਡਾ। ਮਤਲਬ ਹੁਣ ਇਹ ਕਹਿ ਲਈਏ ਵੀ ਕੁੱਲ ਮਿਲਾ ਕੇ ਜੇ ਤੁਸੀਂ ਕੰਮ ਕਰਦੇ ਸੀ ਤਾਂ ਤੁਸੀਂ ਆਖਰੀ ਉਹ ਹੋਣੇ ਆ ਵੀ ਜਿਹੜੇ ਕੰਮ ਕਰੋਗੇ, ਉਹ ਤੋਂ ਬਾਅਦ ਨਹੀਂ ਕਿਸੇ ਨੇ? ਹਾਂਜੀ ਹਾਂਜੀ, ਕਿਸੇ ਨੇ ਨਹੀਂ ਕਰਨਾ ਜੀ, ਹੁਣ ਅਸੀਂ ਕਰਦੇ ਜੀ। ਜਿਨ੍ਹਾਂ ਨੇ ਨਾ ਕਰਨ ਦਾ, ਕੰਮ ਕਰਨ ਨਾ ਕਰਨ ਦਾ ਜਾਂ ਕੰਮ ਨੂੰ ਛੱਡਣ ਦਾ ਕਾਰਨ ਕੀ ਆ? ਵੀ ਇਹਦੇ ਮੈਂ ਪ੍ਰੋਫਿਟ ਨਹੀਂ ਆ, ਕੋਈ ਜ਼ਿਆਦਾ ਬੱਚਤ ਨਹੀਂ? ਬੱਚਤ ਤਾਂ ਹੈ ਨਹੀਂ ਜੀ, ਹੁਣ ਪਤਾ ਗੱਲ ਹੈਗਾ ਜੀ, ਟੋਕਰੀ 150 ਜਾਂਦੀ ਹੈ ਸਾਡੀ ਜੀ। 150 ਰੁਪਏ ਦੀ ਆ ਟੋਕਰੀ? ਆ ਬੜੀ ਜੀ, ਬੜਾ ਟੋਕਰਾ। ਹਾਂਜੀ ਹਾਂਜੀ, 150 ਰੁਪਏ ਦਾ ਜੀ। ਉਹਨੂੰ ਵੀ ਫਿਰ ਲੋਕ ਕਹਿੰਦੇ ਹੁਣ ਵੀ ਘੱਟ ਕਰ ਲਾ, 100 ਦੀ ਲਾ ਲਾ, ਇੰਨਾ ਕਰ ਲਾ। ਹਾਂ ਐਂ ਕਰਦੇ ਜੀ, ਬਹੁਤ ਕਰਦੇ ਜੀ। ਹਾਂਜੀ, ਉਹ ਇਹ ਟੋਕਰੀ ਹੈ 130 ਦੇ ਦਿੰਦਾ ਜੀ ਇਹ ਟੋਕਰੀ। ਇਹ ਹੁਣ ਜਿਹੜਾ ਆਹ ਟੋਕਰਾ ਪਿਆ ਆਪਣੇ ਕੋਲ, ਇਹ ਟੋਕਰਾ ਸਾਡੇ ਕੋਲ 150 ਦਾ ਜੀ। ਆਹ ਦੇਖੋ ਟੋਕਰਾ ਕਿੰਨਾ ਲਾ ਲਓ ਦੇਖੋ। ਅੱਛਾ, ਇਹ ਇਸ ਤਰ੍ਹਾਂ ਮਿਣਦੇ ਆ ਤੁਸੀਂ? ਇੱਕ ਪੈਰ ਦੇ ਨਾਲ ਅੱਗੇ ਕਿੰਨੇ ਉਂਗਲ ਆ? ਹਾਂਜੀ। ਕਿੰਨੇ, ਕਿੰਨਾ ਵੱਡਾ ਟੋਕਰਾ ਜੀ ਫਿਰ? ਇਹ ਹੋ ਗਿਆ ਜੀ 6 ਉਂਗਲ ਹੋ ਗਿਆ ਜੀ। ਹਾਂ ਬਾਈ, 6 ਉਂਗਲ ਦਾ ਟੋਕਰਾ, ਇਹ ਇੱਕ ਪੈਰ 6 ਉਂਗਲ, ਇਹ ਟੋਕਰਾ 150 ਰੁਪਏ ਦਾ, ਅਤੇ 150 ਦਾ 100 ਅਤੇ ਇੱਕ। ਬਾਈ ਆਪਾਂ ਨੂੰ ਇਹ ਵੀ ਦੱਸੋ, ਚਲੋ ਆਪਾਂ ਰੇਟਾਂ ਬਾਰੇ ਵੀ ਗੱਲਬਾਤ ਕਰਾਂਗੇ, ਇੱਕ ਟੋਕਰਾ ਅਸੀਂ ਦੇਖਦੇ ਹਾਂ ਇਹ ਛਿੱਟੀਆਂ ਛਾਂਟੀਆਂ ਹੋਈਆਂ ਜਾਂ ਛਾਂਗੀਆਂ ਹੋਈਆਂ ਤੁਸੀਂ ਚਿੱਟਾ, ਅਤੇ ਇੱਕ ਉਹ ਟੋਕਰਾ ਪਿਆ ਜੀ ਉਹ ਸਾਬਤੀਆਂ ਛਿੱਟੀਆਂ ਦਾ, ਇਹ ਫਰਕ ਕੀ ਹੈ ਜਾਂ ਇਸ ਤਰ੍ਹਾਂ ਕਿਉਂ ਬਣਾਉਂਦੇ ਆ ਇਹਨਾਂ ਨੂੰ? ਇਹ ਪਤਾ ਕਿਆ ਗੱਲ ਜੀ, ਇਹ ਆਪਣਾ ਗਾਹਕ ਦੀ ਮਤਲਬ ਆ ਜੀ। ਅੱਛਾ। ਹੁਣ ਜਿਹੜਾ ਆਹ ਬੜਾ ਟੋਕਰਾ ਸੀ, ਇਹ ਆਹ ਟੋਕਰਾ ਬੜਾ ਜੀ, ਇਹ ਹੁਣ ਜਾਂਦਾ ਸਾਡਾ, ਹੁਣ ਦੇਖੋ ਆਹ ਦੇਖੋ ਇਹ ਕਿੰਨਾ, ਦੇਖੋ ਇਹ ਲੈ ਉਹੀ ਉਂਗਲ ਆ ਜੀ, 6 ਉਂਗਲ ਹੋ ਗਏ ਜੀ। ਇਹਦੇ ਬੜਾ ਟੋਕਰ ਬਣਾਈ ਅਸੀਂ, ਸਾਨੂੰ ਗਾਹਕ ਪੈਸੇ ਨਹੀਂ ਭਰਦੇ। ਹੁਣ ਕਈ ਫੇਰੀ ਟੋਕਰਾ ਅਗਲਾ ਕਹਿੰਦਾ ਬੜਾ ਬਣਾ ਦਿਓ ਜੀ, ਬੜਾ ਟੋਕਰ ਬਣਾ ਦਿੰਦੇ ਜੀ ਅਸੀਂ, ਸਾਡੀ ਗਰੰਟੀ ਕੋਈ ਨਹੀਂ ਹੈਗੀ। ਬੜਾ ਟੋਕਰਾ ਟੁੱਟ ਜਾਂਦਾ, ਮਤਲਬ ਕਿ ਕਾਹਦੀ ਗਰੰਟੀ ਨਹੀਂ ਤੁਹਾਡੀ ਟੁੱਟਣ ਦੀ? ਕਾਹਦੀ ਗਰੰਟੀ ਨਹੀਂ ਟੁੱਟਣ ਦੀ? ਗਰੰਟੀ ਸਾਡੀ ਜੀ। ਅੱਛਾ। ਸਾਡੀ ਗਰੰਟੀ ਕੋਈ ਟੁੱਟਣ ਦੀ ਹੈ ਨਹੀਂ, ਜਿੰਨਾ ਮਰਜ਼ੀ ਛਿੜੇ ਲਵਾ ਲਓ ਉੱਪਰ, ਅਸੀਂ ਪਾਵੇ ਲੰਬੇ ਰੱਖ ਲੈਣੇ ਜੀ ਆਹ ਜਿਹੜੇ ਉੱਪਰ, ਜਿੰਨੇ ਮਰਜ਼ੀ ਖਾ ਲਵੇ ਅਗਲਾ, ਸਾਡੀ ਗਰੰਟੀ ਕੋਈ ਨਹੀਂ ਹੈਗੀ ਜੀ। ਉਹ ਤਾਂ ਇਹਦੀ ਕੀ ਗਰੰਟੀ, ਕਿੰਨੇ ਮਹੀਨੇ ਦੀ ਗਰੰਟੀ ਦਿੰਦੇ ਹੋ? ਕਾਰਡ ਭਰ ਕੇ ਦਿੰਦੇ ਹੋ ਗਰੰਟੀ ਵਾਲਾ? ਹੈ ਜੀ, ਕਾਰਡ ਭਰ ਕੇ ਲਿਖ ਕੇ। ਹਾਂਜੀ, ਬੰਦੇ ਦਾ ਕੋਈ ਭਰੋਸਾ ਨਹੀਂ ਹੈਗਾ, ਇਹ ਟੋਕਰੀ ਕੋਈ ਭਰੋਸਾ ਨਹੀਂ ਹੈਗਾ। ਹੁਣ ਟੋਕਰੀ ਬਣਾਈ ਹੋਈ ਜੀ, ਅਸੀਂ ਚੱਕ ਕੇ ਇੱਥੇ ਰੋਡ ਪਰ ਗੇਟ ਦੀਏ, ਐਂ ਗੇਟ ਦੀਏ, ਟੁੱਟਣਾ ਉਹਨੇ ਜੇ ਅਸੀਂ ਟੋਕਰੀ ਐਂ ਚੱਕ ਲਈ, ਮਤਲਬ ਕਿ ਅਸੀਂ
कख पाए रख दी मलक रख दिया फिर गरंटी हैगी जो टोकरी चके भैया कोई आ गया उन्हें क्या करना आए मजबूती चेक कर दा है। हाँ फिर टुकड़ टूटी गई फिर दसो जो टुट गई फिर अगले ने पैसे भी नहीं भरने उन्हें कहना थोड़ा ही है फिर उही उही गल है जी क्या करिए असी फिर शाम भाई देखो जी गल्लां तां खरियां करदा शाम भाई पर मैं एक गल देखने जाननी चाहुंदा भाई जिवें तुसीं ये छांटदे हो जां फिर इहनूं टोकरे दा प्रोसैस शुरू करदे असीं इहनूं कैप्चर भी कीता वीडियो भी बनाई आ तां जिस तरह तुसीं करदे हो जां उहदे नाल फिर तुहाडे सट फेंट जां तिखे लग भी जांदे होणे हत्थां पैरां 'च लग जांदे बहुत लगदे साडे जी आ देखो आ दात ने आ देखो दात दे पौड़े पई होई जी अच्छा 6 महीने बैठ रहा मैं हस्पताल च अच्छा दात बजे चिड़िया पढ़ते तू तो पढ़ते पुरते ये हथियार है जी ये असी चलाउंदे इहनू असी इहनू तेज भी करते हौली भी करते ये साडा कंट्रोल आ जी असी कंट्रोल करके चलाउंदे इहनू हुण कोई बंदा कोई उपरा बंदा कोई चीज़ बढ़न लगे चाहे कुहाड़ी मारे जो मर्जी करे उहनू सीधा टक मारना सीधा लत्त पर असी दात चलाउणा हिसाब चलाना अपना पैर भी बचाना उंगलियां बचाउनियां अपना आ शरीर बचाना सब कम करना पैंदा जी ते ए छिटियां कित्थों लियांदे हो तुसीं तोड़ के तूंत क्योंकि हुण असीं तां भाई बहुत घट देखिया तूंत पहला हुंदे सी असीं तुंतनियां तोड़न भी जांदे सी असीं बच्चे इकट्ठे होके जां खूहां दे उत्ते देखदे सी ते ओ उस तरह आराम दे लई बनाए लगाए जांदे सी तूंत खूहां दे नेड़े भी चलो पानी पूनी लावांगे कोल बैठ के रोटी पानी बंदा खा लैंदा सी हुण दिखदे नहीं आ इह चीज़ां है ही नहीं मैं कल गोबिंदपुर चले गया जी छिटियां पढ़िया जाके मैं छिटियां पढ़ के मैं पाउडर अपना भरी भर के रख ली जी साजरे उठा मैं साजरे उठ के धुंद पई हुई जी बहुत उत्ते बाद फिर मैं छिटी चक्कन चले गया वो सवारियां जाके फिर मैं सवार के दो टोकरी फाड़ा करी जी उत्ते बाद मेते कम नहीं होया जी उत्ते बाद फिर मैं अपना इधरों आ गया भाई कोल आ गया जी हुण लोग हुण तां इह कहिंदे भी टोकरी सानूं सस्ती मिल जावे जी पर हुण लैंदे हैगे वैसे लोग ये टोकरे पहला पता की हुंदा सी जदों आपां देखदे सी व्याह शगनां दे विच जांदे सी होर प्रोग्रामां दे विच लड्डूआं दे भरदे सी लोग टोकरे अजकल तां पर प्लास्टिक दे आ गए ये भी एक साडी शान सी है ना साडे सभ्याचार दा इक अंग ए विरसे दा अंग सी ये साडे ओह टोकरी बेकदरी होगी जी ना जी बहुत अगे ब्याह शादी होंदी टोकरी लैंदे ते जी अगले ब्याह शादी नूं कहना सानूं 5 टोकरे बना दो जी 10 टोकरे बना दो 20 टोकरे बना दो जी हुण आउंदे इस तरह दे ऑर्डर तुहानूं ब्याहां दे नेड़े भी 20 टोकरे बना दो जी 50 बना दो नहीं आउंदा जी कोई ऑर्डर नहीं आउंदा जी इस वक्त इह गल नूं किस तरह महसूस करदे हो भी इह साडे चों चीज़ां जां इह साडा निघार आया क्यों है जी साडी असीं पुरानियां चीज़ां दे नाल टुट गए जिहड़े हुण निघार तां ऐं करदे जी हुण सारा रिज़िक पाणी खत्म हो गया जी ਪਹਾ ਰਿਜ਼ਕ ਪਾਣੀ ਸਾਡਾ ਹੁਣ ਇਹਦੇ 'ਚ ਹੁਣ ਸਾਡਾ ਰਿਜ਼ਕ ਪਾਣੀ ਵਿਕਦਾ ਨਹੀਂ ਸਾਡਾ ਅਸੀਂ ਕਿੱਥੇ ਜਾਈਏ ਤੁਸੀਂ ਆਪ ਸੋਚੋ ਫਿਰ ਵੈਸੇ ਮਿਹਨਤ ਬਹੁਤ ਹੈ ਇਹਨੂੰ ਜਦ ਬਣਾਉਣ ਦੀ ਇਹਨੂੰ ਬਣਾਉਣ ਦਾ ਹੁਣ ਢੰਗ ਦੱਸੋ ਸਾਨੂੰ ਥੋੜ੍ਹਾ ਜਿਹਾ ਵੀ ਜਿਸ ਤਰ੍ਹਾਂ ਇੱਥੇ ਤੁਸੀਂ ਪਹਿਲਾਂ ਪਾਉਂਦੇ ਆ ਜੀ ਇੱਥੇ ਬੈਠ ਜਾਂਦੇ ਉੱਪਰ ਉਹ ਪ੍ਰੋਸੈਸ ਵੀਡੀਓ 'ਚ ਦੇਖ ਰਹੇ ਆ ਲੋਕ ਆਹ ਖੱਡਾ ਕਾਹਦੇ ਵਾਸਤੇ ਕੀਤਾ ਹੋਇਆ ਜੀ ਇਹ ਖੱਡਾ ਜੀ ਐਂ ਕਰਿਆ ਜੀ ਅਸੀਂ ਆਹ ਟੋਕਰੀ ਆਪਣੀ ਜੇ ਅਸੀਂ ਆਹ ਜਗ੍ਹਾ 'ਚ ਰੱਖ ਦਈਏ ਇਹ ਟੋਕਰੀ ਛੇਪਰੀ ਹੋ ਜਾਣੀ ਆ ਹਾਂ ਅਸੀਂ ਗੜਾਈ ਦੇਣੇ ਪੱਤ ਰੱਖਿਆ ਜੀ ਇਹ ਗੜਾਈ ਜਿਸ ਤਰ੍ਹਾਂ ਸਾਡੀ ਰੂਹ ਕਰੀ ਟੋਕਰੀ ਖੁੱਲ੍ਹੀ ਕਰਨੀ ਅਸੀਂ ਛਿੱਟੀ ਖਿੱਚਣੀ ਨਹੀਂ ਹੈਗੀ ਜੀ ਪਿਆ ਖੁੱਲ੍ਹੀ ਜਾਵੇ ਇੱਧਰ ਨੂੰ ਅਸੀਂ ਉਹਤੇ ਬਾਅਦ ਜੀ ਅਸੀਂ ਫਿਰ ਜੇ ਟੋਕਰੀ ਡੂੰਘੀ ਬਣਾਉਣੀ ਆ ਅਸੀਂ ਫਿਰ ਆਪਣੇ ਖਿੱਚਣੀ ਉੱਪਰ ਫਿਰ ਉੱਪਰ ਨੂੰ ਖਿੱਚੀ ਜਾਣੀ ਤੁਸੀਂ ਤਾਂ ਕਿ ਡੂੰਘਾਈ 'ਚ ਚੱਲ ਜਾਵੇ ਜੇ ਚੌੜੀ ਕਰਨੀ ਆ ਤਾਂ ਖਿੱਚਣੀ ਨਹੀਂ ਹਾਂ ਖਿੱਚਣੀ ਹੈਗੀ ਜੀ ਇਹ ਕਰਕੇ ਜੀ ਅਤੇ ਇਹ ਇਹਨਾਂ ਛਿੱਟੀਆਂ ਦਾ ਕੁਝ ਹੋਰ ਵੀ ਬਣਦਾ ਕਿ ਟੋਕਰੀ ਬਣਦੇ ਆ ਜੀ ਟੋਕਰੇ ਬਣਦੇ ਹੋਰ ਤਾਂ ਕੁਛ ਨਹੀਂ ਬਣਦਾ ਜੀ ਲੈਂਦੇ ਜੀ ਹਾਂਜੀ ਅਤੇ ਇਹਨਾਂ ਤੋਂ ਤੁਹਾਡਾ ਕੁਝ ਬਣਦਾ ਸਾਡਾ ਕਿਆ ਬਣਨਾ ਬਸ ਕਦੇ ਬਾਜਵਾ ਕੋਈ ਟੋਕਰੀ ਵਿਕ ਜਾਂਦੀ ਬਾਜਵਾ ਕੋਈ ਨਹੀਂ ਵਿਕਦੀ ਬੈਠੇ ਆ ਮੈਨੂੰ ਇੱਕ ਜਵਾਬ ਨਹੀਂ ਮਿਲਿਆ ਤੁਸੀਂ ਕਿਹਾ ਸਾਡੇ ਵਿਕਦੇ ਨਹੀਂ ਚਲੋ ਮੈਂ ਉਹ ਸਵਾਲ ਦੁਬਾਰਾ ਤੁਹਾਨੂੰ ਕਰਦਾ ਪਰ ਲੋਕਾਂ ਦੇ ਵਿੱਚ ਨਿਘਾਰ ਆਉਣ ਦਾ ਕਾਰਨ ਕੀ ਹੋਇਆ ਕਿਉਂਕਿ ਪਹਿਲਾਂ ਸਾਡੇ ਇਹਨਾਂ ਟੋਕਰਿਆਂ ਦੇ ਨਾਲ ਸਾਡੇ ਸ਼ਗਨਾਂ ਦੇ ਜਾਂ ਸਾਡੇ ਵਿਆਹਾਂ ਦੇ ਵਿੱਚ ਇੱਕ ਰੌਣਕ ਸੀਗੀ ਇਹ ਵੀ ਸਾਡੇ ਹੈ ਨਾ ਰੌਣਕ ਦਾ ਹੀ ਸਾਧਨ ਸੀਗੇ ਪਰ ਹੁਣ ਕਿਉਂ ਨਹੀਂ ਵਰਤਦੇ ਹੁਣ ਕਿਉਂ ਛੱਡ ਗਏ ਆ ਲੋਕ ਇਹਨਾਂ ਤੋਂ ਘਿਰਣਾ ਕਿਉਂ ਕਰਦੇ ਆ
ਇਹ ਪਤਾ ਨਹੀਂ ਕਾਹਤੇ ਕਰਦੇ ਜੀ, ਇਹ ਤਾਂ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਜੀ, ਅਤੇ ਇਹ ਤਾਂ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਜੀ। ਹੁਣ ਦੇਖੋ ਜੀ, ਇੱਕ ਮਿੰਟ ਖੜੋ, ਆ ਛਿਟੇ ਪੰਜ ਆ। ਹੁਣ ਜਦ ਕੋਈ ਵੀ ਬੰਦਾ ਆਪਣੇ ਪੁੱਤ ਨੂੰ ਬਹਿ ਕੇ ਲਿਆਉਂਦਾ, ਸੱਤ ਛਿਟੇ ਲੈ ਕੇ ਜਾਂਦਾ, ਇਹ ਐਂ ਖੇਲਣੇ ਵਾਸਤੇ ਹੀ ਲਿਆਉਂਦਾ। ਸਾਡਾ ਕਮੰਜਾ ਰੁਪਈਏ ਲੱਗਦਾ, ਸਾਨੂੰ ਕੋਈ ਨਹੀਂ ਦਿੰਦਾ। ਛਿਟੀਆਂ ਚੱਕ ਲੈ ਜਾਂਦੇ ਆ, ਛਿਟੀ ਚੱਕ ਲੈ ਜਾਂਦੇ ਜੀ, ਦਿੰਦਾ ਕੋਈ ਲਿਆਏਗਾ। ਇਹ ਛੁੱਟੀਆਂ ਕਿੰਨੇ ਕੁ ਦੀਆਂ ਪੈਂਦੀਆਂ ਤੁਹਾਨੂੰ? ਚਲੋ ਜਿੰਨੇ ਮਰਜ਼ੀ ਭਾਅ ਜੀ, ਲਾਗ ਤਾਂ ਲਾ ਗਏ ਆ ਜੀ, ਫਿਰ ਉਹ ਫਿਰ ਤੁਸੀਂ ਆਪ ਸੋਚੋ ਫਿਰ। ਪਰ ਇਹ ਛੁੱਟੀਆਂ ਲਿਆਉਣ ਦੇ ਕਿੱਥੇ ਤੁਸੀਂ, ਮਤਲਬ ਕਿ ਤੂੰ ਤਾਂ ਲੋਕਾਂ ਦੀ ਵੱਢ ਲਓ ਕਿ ਠੇਕੇ ਲੈਂਦੇ ਆ ਤੁਸੀਂ ਇਸ ਤਰ੍ਹਾਂ ਲੈ ਕੇ ਰੱਖ? ਆਪਣੀ ਤੂੰ ਮੁੱਲ ਲੈਂਦੇ ਜੀ ਅਸੀਂ। ਅੱਛਾ, ਤੂੰ ਤਾਂ ਮੁੱਲ ਲੈ ਕੇ, ਕੋਈ ਮਹੱਤ ਬਗਰ ਟੋਕਰੀ ਕਹਿੰਦਾ ਟੋਕਰੀ ਦਿੰਦੇ ਉਹਨੂੰ ਜੀ ਅਸੀਂ, ਫਿਰ ਪੈਸੇ ਦਿੰਦੇ ਉਹਨੂੰ ਅਸੀਂ। ਹਾਂਜੀ, ਹੁਣ ਐਂ ਥੋੜ੍ਹਾ ਵੀ ਇੱਥੇ ਵੱਢ ਲਓ, ਇੱਥੇ ਵੱਢ ਲਓ, ਤੁਹਾਨੂੰ ਪਤਾ ਵੀ ਫਿਰ ਗਲ ਪੈ ਜੂਗਾ ਬੰਦਾ ਅਗਲਾ। ਹਾਂਜੀ ਹਾਂਜੀ ਹਾਂਜੀ, ਜਿਵੇਂ ਤੁੰਤਣੀਆਂ ਲੱਗੀਆਂ ਹੁੰਦੀਆਂ ਉੱਤੇ ਤਾਂ ਉਵੇਂ ਹੀ ਛਾਂਟ ਲਿਆਉਂਦੇ ਹੋ ਕਿ ਜਦੋਂ ਸੀਜ਼ਨ ਨਹੀਂ ਹੁੰਦਾ ਫਲ ਦਾ ਉਦੋਂ? ਨਹੀਂ, ਸਾਡਾ ਸੀਜ਼ਨ ਕੋਈ ਨਹੀਂ ਹੈਗਾ ਜੀ, ਤੁੰਤਣਾ ਹੋਵੇ ਜੋ ਮਰਜ਼ੀ ਹੋਵੇ ਜੀ, ਇਹ ਸਾਨੂੰ ਪਰਮਾਤਮਾ ਕਰਨ ਦੀ ਕਿਰਪਾ ਜੀ। ਤੂਤਣੇ ਹੋਵੇ, ਪੱਤੇ ਉਂਗੜਦੇ ਹੋਵੇ, ਹੁਣ ਸਾਰੇ 'ਚ ਪਾਣੀ ਜੀ ਇਹ, ਮਤਲਬ ਕਿ ਚਾਹੇ ਸਰਦੀਆਂ ਹੁਣ ਚਾਹੇ ਹੁਣ ਗਰਮੀਆਂ, ਤੁਸੀਂ ਬਣਾਉਣੇ ਆ ਟੋਕਰੇ? ਹਾਂਜੀ ਹਾਂਜੀ, ਅਸੀਂ ਫਿਰ ਉਹ ਤੋਂ ਬਾਅਦ 2-3 ਮਹੀਨੇ ਕੰਮ ਛੱਡ ਦਿੰਦੇ ਜੀ। ਅੱਛਾ ਜੀ, ਉਹ ਕਿਉਂ? ਉਹ ਆਪਣਾ ਲੋਹੜੀ ਦੇ ਬਾਅਦ ਜੀ ਪੱਤੇ ਪੂਰੇ ਹੋ ਜਾਂਦੇ ਜੀ, ਸਾਤੇ ਛਿਟੀ ਘਟਣੀ ਹੁੰਦੀ ਜੀ, ਕਢਾਈ ਜ਼ਿਆਦਾ ਹੋ ਜਾਂਦੀ ਆ, ਅਸੀਂ ਕੰਮ ਛੱਡ ਦਿੰਦੇ ਹਾਂ, ਫਿਰ ਮੈਂ ਆਪਣਾ ਹੋਰ ਕੰਮ ਕਰ ਲੈਂਦਾ, ਕੋਈ ਬੋਰਾਂ ਦਾ ਕੰਮ, ਮਸ਼ੀਨਾਂ ਚੱਲਦੀ ਸੜੀਆਂ ਜੀ, ਇੱਧਰ ਆਪਣਾ ਆਤਰ ਥੋੜ੍ਹਾ ਜੀ ਕਿਹੜਾ ਭਨੌਲੀ ਜੀ, ਮਸ਼ੀਨਾਂ ਹੱਡਾਂ ਰੋੜੀਆਂ ਵਾਲੀਆਂ, ਉੱਥੇ ਕੰਮ ਕਰੀ ਜਾਈਦਾ ਜੀ ਅਸੀਂ ਵਿਹਲੇ ਟਾਈਮ ਜੀ, ਜਾਂ ਸੀਜ਼ ਚੱਲ ਪਾ ਫਿਰ ਸੀਜ਼ ਲਾਈਦਾ ਜੀ ਅਸੀਂ। ਇਹ ਇੱਕ ਟੋਕਰੇ ਨੂੰ ਬਣਾਉਣ ਦੇ ਲਈ ਛਿਟੀ ਘੜਨ ਤੋਂ ਲੈ ਕੇ ਇਹਨਾਂ ਦਾ ਸਾਰੇ ਪ੍ਰੋਸੈਸ ਤੋਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿੰਨੇ ਘੰਟੇ ਦਾ ਸਮਾਂ ਲੱਗਦਾ ਤੁਹਾਨੂੰ? 2 ਘੰਟੇ 3 ਘੰਟੇ ਕਿੰਨੇ ਲੱਗਦੇ ਆ ਜੀ ਇੱਕ ਟੋਕਰਾ ਬਣਾਉਣ ਲਈ? ਇੱਕ ਟੋਕਰਾ ਅਸੀਂ ਛਿਟੀਆਂ ਵੱਢੂੰਗੇ ਜੀ, ਛਿਟੀਆਂ ਵੱਢ ਕੇ ਅਸੀਂ ਜੇ ਉੱਥੇ ਟੋਕਰ ਤਿਆਰ ਕਰੂੰਗੇ, ਛਿਟੀਆਂ ਵੱਢੂੰਗੇ ਜੀ, ਪਹਿਲਾਂ ਇਕੱਠੀਆਂ ਕਰੂੰਗੇ, ਫਿਰ ਕੱਟ ਕੇ ਉਹਨੂੰ ਸਵਾਰੂੰਗੇ, ਭਰੂਸੂੰਗੇ ਜੀ, ਭਰੂਸ ਕੇ ਜੀ ਫਿਰ ਅਸੀਂ ਫਿਰ ਆਪਣਾ ਇਹ ਇਹੋ ਜਿਹੀਆਂ ਕਰਨੀਆਂ, ਅਤੇ ਅਸੀਂ ਟੋਆ ਪੱਟਣਾ, ਟੋਆ ਪੱਟ ਕੇ ਫਿਰ ਪੱਲੀ ਆ ਵਿਛਾਉਣਾ ਜੀ ਬੋਰੀ ਜੀ, ਫਿਰ ਉਹ ਤੋਂ ਬਾਅਦ ਦੂਆ ਸਮਾਨ ਤਿਆਰ ਕਰਨਾ ਜੀ, ਫਿਰ ਉਹ ਤੋਂ ਬਾਅਦ ਅਸੀਂ ਫਿਰ ਟੋਕਰੀ ਬਣਾਉਣੀ ਹੈ ਜੀ। ਡੇਢ ਘੰਟਾ ਕਾਫੀ ਮਿਹਨਤ ਆ। ਹਾਂਜੀ, ਡੇਢ ਘੰਟਾ ਲੱਗਦਾ ਜੀ ਟੋਕਰੀ ਇੱਕ ਨੂੰ, ਜੇ ਉੱਥੇ ਬੈਠ ਕੇ ਬਣਾਈਏ ਜੀ ਅਸੀਂ। ਇਹਦਾ ਛਿੱਟੀਆਂ ਦਾ ਜੀ ਕੋਈ ਗਿੱਲੀ ਆ ਲੱਕੜ ਜਾਂ ਇਹ ਛਿੱਟੀ ਜਾਂ ਸੁੱਕੀ ਆ, ਇਹਦਾ ਵੀ ਫਰਕ ਹੁੰਦਾ? ਜੇ ਸੁੱਕੀ ਫਿਰ ਤਾਂ ਟੁੱਟੇ ਜਾਊਂਗੀ ਜੀ, ਐਵੇਂ ਮੁੜੂੰਗੀ ਨਹੀਂ ਉਵੇਂ। ਹਾਂਜੀ, ਜਿਵੇਂ ਤੁਸੀਂ ਤੋੜ ਕੇ ਲਿਆਉਂਦੀ ਉਹਦੇ ਐਵੇਂ ਵੀ ਹੁੰਦਾ ਵੀ ਇੰਨੇ ਦਿਨਾਂ ਦੇ ਵਿੱਚ ਟੋਕਰਾ ਬਣਾਉਣਾ ਤਾਜ਼ੀ ਰਹੇ? ਨਹੀਂ ਨਹੀਂ, ਪਤਾ ਕਿਆ ਗੱਲ ਹੈ ਜੀ, ਹਾਂਜੀ ਇਹਦੇ ਵਿੱਚ ਸਾਨੂੰ ਤੂੰ ਦੇਖਣਾ ਪੈਂਦਾ ਜੀ, ਕਈ ਫਿਰ ਤੂੰ ਦੇਖਣੇ ਵਧੀਆ ਬਹੁਤ ਵਧੀਆ ਲੱਗਦਾ ਜੀ, ਕਈ ਫਿਰ ਇੱਥੇ ਜਾ ਕੇ ਤੂੰ ਤਾਂ ਵੱਢ ਲੈਂਦੇ ਆ, ਉਹਦੇ ਵਿੱਚ ਸਰ ਛਿੜੀ ਟੁੱਟੀ ਜੇ ਟੁੱਟ ਜਾਂਦੀ ਹੈ ਜੀ, ਫਿਰ ਉਹਦੀ ਟੋਕਰੀ ਬਣਦੀ ਨਹੀਂ ਹੈਗੀ, ਉਹ ਸਾਨੂੰ ਬਾਲਣ ਦੇ ਰਸਤੇ ਤਾਰਨਾ ਪੈਂਦਾ ਜੀ। ਫਿਰ ਉਹ ਤੋਂ ਬਾਅਦ ਕੋਈ ਤੂੰ ਸਾਨੂੰ ਵਧੀਆ ਮਿਲ ਜਾਵੇ, ਅਸੀਂ ਤਾਂ ਆਪਣਾ ਬਣਾਈਏ ਜੀ। ਦਾਤ ਤਿੱਖੇ ਬੜੇ ਹੁੰਦੇ, ਮਤਲਬ ਕਿ ਤੁਹਾਡੇ ਜੇ ਬੱਚੇ ਕੰਮ ਨਹੀਂ ਕਰਦੇ ਤੁਸੀਂ ਕਹਿਣ ਦਿੰਦੇ ਹੋਣੇ ਵੀ ਆ ਜਾ ਯਾਰ ਅੱਜ ਤੂੰ ਤਾਂ ਛੁੱਟੀਆਂ ਕਟਵਾ ਲਿਆ, ਊਂ ਕਟਵਾ ਦਿੰਦੇ ਆ? ਨਹੀਂ, ਉਹ ਨਹੀਂ ਕਟਾਉਂਦੇ। ਹਾਂਜੀ, ਉਹ ਤਾਂ ਨਫ਼ਰਤ ਮੰਗਦੇ ਆ ਕੰਮ 'ਤੇ ਜੀ। ਨਫ਼ਰਤ ਕਿਉਂ, ਮਤਲਬ ਕਿ ਕੀ ਪਤਾ ਕਿਆ ਗੱਲ, ਸਾਨੂੰ ਅੱਜ ਕੱਲ੍ਹ ਦੀ ਪੀੜ੍ਹੀ ਸਾਨੂੰ ਪਤਾ ਹੀ ਹੋਈ ਜੀ, ਹੁਣ ਜਿਹੜੇ ਪੁਰਾਣੇ ਬੁੜੇ ਕੰਮ ਕਰਦੇ ਉਹੀ ਕਰ ਸਕਦੇ ਆ, ਫਿਰ ਜੇ ਤੁਹਾਨੂੰ ਮੈਂ ਕਹਾਂ ਚੱਕੋ ਦੱਸ ਚੱਲੀ ਜੀ ਮੇਰੇ ਨਾਲ, ਤੁਸੀਂ ਜਾ ਸਕਦੇ ਝਾੜ 'ਚ ਵੜ ਸਕਦੇ ਇੱਥੇ ਜੀ, ਫਿਰ ਨਫ਼ਰਤ ਕਰਦੇ ਜੀ। ਮੈਂ ਤਾਂ ਵੜ ਜੂਗਾ ਜੀ, ਪਰ ਮੈਨੂੰ ਤਾਂ ਵਧੀਆ ਲੱਗੂਗਾ। ਚਲੋ ਸਿੱਖ ਹੀ ਲਵਾਂਗੇ ਤੁਹਾਤੋਂ ਕੁਛ, ਪਰ ਚਲੋ ਇਹ ਕਿਰਤ ਹੈ ਜੀ, ਇਹ ਇਹਨਾਂ ਦੇ ਪਰਮਾਤਮਾ ਤਰੱਕੀਆਂ ਬਖਸ਼ੇ, ਕਿਉਂਕਿ ਕੰਮ ਬੜਾ ਸਖਤ ਵੀ ਆ ਇਹ, ਹੈ ਨਾ ਜੀ? ਅਤੇ ਚਲੋ ਇੱਕ ਦਿਨ ਦੇ ਵਿੱਚ ਜਿਵੇਂ 1-2 ਵਿਕ ਜਾਂਦੇ ਆ ਤਾਂ ਦਿਹਾੜੀ ਪੈ ਜਾਂਦੀ ਆ, ਹੈ ਨਾ 1-2 ਦੇ ਨਾਲ? ਹੁਣ ਸਵੇਰ ਦਾ ਬੈਠਾ ਜੀ ਉਰੇ, ਮੈਂ 2 ਟੁੱਕੇ ਸਵੇਰ ਦੀ ਵਿਕੀਆਂ, ਹੁਣ ਮੈਂ ਭਾਈ 'ਤੇ ਪੈਸੇ ਲੈਣੇ 'ਤੇ, ਹੁਣ ਭਾਈ ਪੈਸੇ ਦਊਂਗਾ ਕਿ ਟੋਕਰੀਆਂ ਨੂੰ ਦੇਖੂੰਗਾ? ਆ ਸੋਚੋ, 500 ਰੁਪਏ ਲੈਣਾ ਆਇਆ ਮੈਂ ਇੱਥੇ ਜੀ, ਮੈਨੂੰ 100 ਰੁਪਈਆ ਦਿੱਤਾ ਜੀ ਕੱਢ ਕੇ, ਹੁਣ 100 ਰੁਪਈਆ ਕਿਆ ਬਣਦਾ, ਫਿਰ 400 ਬਾਕੀ ਰਹਿ ਗਏ ਖੜ੍ਹਾ ਪਿੱਛੇ, ਕਿਆ ਕਰੇ ਬੰਦਾ ਜੀ ਫਿਰ? ਜੇ ਤਾਂ ਮਾਲ ਵਿਕੂੰਗਾ ਤਾਂ ਹੀ ਅਸੀਂ ਫਿਰ ਇਹਦੇ ਪੈਸੇ ਲਊਂਗੇ ਜੀ,
फिर पिंड भी आई हाल है जी मेरा, टोकरी बिकती नहीं, पकता नहीं कोई, ब्याह लोग करते आ अपने पकौड़े उन्होंने मिर्चा बुला लेंगे आ। मेजां दे पकौड़े लगन लग गए हुण, बाई भावुक हो गया, बाई अखां च हथरू भरिया आ, क्योंकि ये दौर ठीक नहीं है बाई। मैं तुहानूं दसां जिहड़ा असीं करदे आ ना, उहनां कईआं दा रुजगार असीं मार लिया बच्चे, असीं बाई आ जीना जूना पा के बैठे हैं, मैं उहनां चों ही हाँ। असीं वो लोग हो गए आ जिन्हां ने पहलां जी दर्जियां कोल असीं कम करदे सी, आ दर्जी वेले बैठे आ, तो पाकिस्तान जाके आया सी बाई मैं, उत्थे कुर्ते पजामे पाउंदे आ दर्जी कोल, कुर्ता पजामा सौण नूं तुसीं दे दो ऑर्डर, चार चार महीने की डेट दिंदा। साडे वाले दर्जी की कहिंदे आ ਤੁਸੀਂ ਘੰਟੇ ਤੱਕ ਲੈ ਜਿਓ ਸਵਾਦ, ਤੁਹਾਡੇ ਨੇ ਵਿਹਲੇ ਪਰ ਕਰਤੇ ਯਾਰ, ਮਤਲਬ ਕਿ ਅਸੀਂ ਆਪ ਲੋਕਾਂ ਦੇ ਰੁਜ਼ਗਾਰ ਅਸੀਂ ਆਪ ਖੋਏ ਹਨਾ ਭਾਅ ਜੀ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਅਤੇ ਜਿਹੜੀਆਂ ਇਹ ਸਜਾਵਟਾਂ ਇਉਂ ਤਾਂ ਸੋਹਣੀਆਂ ਲੱਗਣ ਲੱਗ ਗਈਆਂ, ਪਰ ਇਹਨਾਂ ਕਈ ਚੁੱਲ੍ਹਿਆਂ ਦੀਆਂ ਅੱਗਾਂ ਭਜਾਤੀਆਂ ਨਾ ਸਜਾਵਟਾਂ ਨੇ, ਖਾ ਲਿਆ ਜੀ। ਤੁਹਾਨੂੰ ਪਤਾ ਹੋ ਜੀ ਹੁਣ ਇਹ ਜਮੇ ਉਹ ਕੰਮ ਖਰਾਬ ਹੋ ਗਿਆ ਜੀ ਇਹਨਾਂ ਦਾ ਜੀ, ਟੋਕਰੀ ਵਾਲੇ ਦਾ ਹੁਣ ਐਤਕੀ ਕੰਮ ਕਰ ਲਿਆ, ਗਾਹਾਂ ਨੂੰ ਕਰਨੇ ਰੂਹ ਨਹੀਂ ਕਰਦੀ ਜੀ ਕੰਮ। ਤੂੰ ਤਾਂ ਇਹ ਬੰਦੇ ਮੇਰੇ ਕੋਲ ਆਉਂਦੇ ਬਹੁਤ ਆ, ਮੈਂ ਜਵਾਬ ਦਿੰਦਾ ਜੀ, ਜਾਂ ਹੁਣ ਦਿਹਾੜੀਆਂ ਬੰਦੇ ਪਵੇ ਫਿਰ ਕੰਮ ਕਰਨ ਦਾ ਕਿਆ ਫਾਇਦਾ ਜੀ। ਫਿਰ ਮਿਹਨਤ ਬਹੁਤ ਆ, ਅਸੀਂ ਵੀ ਦੇਖੀ ਬਾਈ, ਮੈਂ ਸੁਖਦੇਵ ਬਾਈ ਬਣਾ ਰਿਹਾ ਸੀਗਾ, ਕਾਫੀ ਮਿਹਨਤ ਆ। ਅਤੇ ਕਿੰਨਾ ਭਾਰ ਕਿੰਨਾ ਹੁੰਦਾ ਜੀ ਟੁੱਕ ਦੇ, ਕੁਛ ਪਤਾ ਜਾਂ ਕਿੰਨੀਆਂ ਛੁੱਟੀਆਂ ਲੱਗਦੀਆਂ ਜੀ? ਮਿੱਥੀਆਂ ਵੀ ਹੁੰਦੀਆਂ ਵੀ ਇੰਨੀਆਂ 25 ਲੱਗਣੀਆਂ 30 ਲੱਗਣੀਆਂ ਛੁੱਟੀਆਂ ਲੱਗੀਆਂ? ਨਹੀਂ ਇਹ ਨਹੀਂ ਹੈ ਜੀ, ਇਹ ਨਹੀਂ ਗੱਲ ਕਰੀ ਜੀ, ਸਾਨੂੰ ਇਹਨਾਂ ਪਾਵੇ ਦਾ ਪਤਾ ਜੀ, 13 ਲੱਗਦੇ 16 ਲੱਗਦੇ ਆ, ਜੇ ਬਟੋਕਰ ਬਣਾਈਏ ਉਹਨੂੰ 14 ਲੱਗਦੇ ਜੀ। ਅੱਛਾ ਹਾਂਜੀ, ਇਸ ਤਰ੍ਹਾਂ ਇਹ ਆਪਣੇ ਹਿਸਾਬ ਗੱਲ ਪਤਾ ਲੱਗਦਾ। ਹੁਣ ਇਹਨੂੰ ਟੋਕਰਾ ਫੜਾਓ ਜੀ ਇੱਕ ਮਿੰਟ, ਇਹ ਜਿਵੇਂ ਆਪਾਂ ਦੇਖਦੇ ਹਾਂ ਜੀ ਟੋਕਰੇ ਦਾ ਥੱਲੜਾ ਥੱਲਾ ਪਾਸਾ ਜੀ ਥੱਲੜਾ, ਹਾਂਜੀ ਇਹਨੂੰ ਕੀ ਕਹਿੰਦੇ? ਕੁਛ ਖਾਸ ਬੋਲਦੇ ਸੀ? ਫੁੱਲ ਜਿਹਾ ਬਣਾਇਆ ਹੋਇਆ ਜਿਹੜਾ ਇਹ, ਇਹਨੂੰ ਅਸੀਂ ਕੁਛ ਨਹੀਂ ਕਹਿੰਦੇ ਜੀ, ਇਹ ਤਾਂ ਆਪਣਾ ਆ ਟੋਕਰੀ ਜੀ ਇਹ ਬਸ, ਮਤਲਬ ਕਿ ਇਹਦੀ ਨੀਂਹ ਇੱਥੋਂ ਰੱਖ ਹੁੰਦੀ ਹੈ ਨਾ ਜੀ? ਜੀ ਇੱਥੇ ਰੱਖ ਹੁੰਦੀ ਹੈ ਜੀ ਇਹ, ਫਿਰ ਥੱਲੇ ਰੱਖਣਾ ਪੈਂਦਾ ਸਾਨੂੰ, ਥੱਲੇ ਰੱਖ ਕੇ ਫਿਰ ਘੁੰਮਣਾ ਪੈਂਦਾ ਦੁਆਲੇ ਜੀ, ਫਿਰ ਤੁਸੀਂ ਦੇਖ ਰਹੇ ਜੀ ਫਿਰ। ਸੋ ਬਿਲਕੁਲ ਦੋਸਤੋ, ਇਹ ਭਰਾ ਮਿਹਨਤ ਕਰਦੇ ਨੇ ਸਾਡੇ, ਅਤੇ ਅੱਜ ਜਿੰਨੀਆਂ ਟੋਕਰੀਆਂ ਤੁਸੀਂ ਬਣਾਈਆਂ ਇਹ ਅਸੀਂ ਲੈ ਜਾਣੀਆਂ ਤੁਹਾਤੋਂ ਖਰੀਦ ਕੇ ਸਾਰੀਆਂ ਹੀ, ਇਹ ਅਸੀਂ ਗੁਰਦੁਆਰੇ ਦੇ ਵਿੱਚ ਦੇਣੀਆਂ ਜੀ, ਕਿਉਂਕਿ ਗੁਰੂ ਘਰਾਂ ਦੇ ਵਿੱਚ ਹਲੇ ਹੈਗਾ ਕੰਮ, ਜਿੱਥੇ ਲੰਗਰ ਵਗੈਰਾ ਚੱਲਦਾ ਗੁਰੂ ਘਰ 'ਚ ਦੇ ਦਾਂਗੇ, ਕਿਉਂਕਿ ਅਸੀਂ ਹੁਣ ਤੁਹਾਨੂੰ ਰੋਕਿਆ ਵੀ ਬਾਈ ਤੁਹਾਡਾ ਟਾਈਮ ਵੀ ਲਿਆ, ਬਰਬਾਦ ਹੋ ਗਿਆ ਜੀ, ਬਰਬਾਦ ਹੋ ਗਿਆ ਨਾ, ਇਸ ਕਰਕੇ ਅਸੀਂ ਤੁਹਾਡੀਆਂ ਟੋਕਰੀਆਂ ਜਿੰਨੀਆਂ ਵੀ ਤੁਸੀਂ ਬਣਾਈਆਂ ਹੋਈਆਂ ਜਿਹੜੀ ਬਣਵਾਈ ਤੁਹਾਤੋਂ ਉਹ ਵੀ, ਅਤੇ ਇਹ ਵੀ 5-7-10 ਜਿੰਨੀਆਂ ਵੀ ਹੋਈਆਂ ਸਾਰੀਆਂ ਲੈ ਜਾਣੀਆਂ ਆਪਾਂ ਨੇ ਹੁਣ, ਠੀਕ ਹੈ ਵੀਰੇ? ਬਾਕੀ ਉਹਦੇ ਗੱਲ ਕਰ ਲਓ ਜੀ, ਮੈਂ ਕੁਛ ਨਹੀਂ ਕਹਿੰਦਾ ਜੀ। ਸੁਖਦੇਵ ਨੂੰ ਇਸੇ ਕਰਕੇ ਬੁਲਾਇਆ ਸੀ, ਚਲੋ ਕੋਈ ਨਾ, ਉਹ ਆਫ ਰਿਕਾਰਡ ਆਪਾਂ ਕਰਦੇ ਹਾਂ ਗੱਲ ਸਾਰੀ। ਅਤੇ ਦੋਸਤੋ ਮੈਂ ਜ਼ਰੂਰ ਤੁਹਾਨੂੰ ਬੇਨਤੀ ਕਰਦਾ ਕਿ ਇਹ ਭਰਾ ਮਿਹਨਤ ਕਰਦੇ ਨੇ, ਔਰ ਅਸੀਂ ਜ਼ਰੂਰ ਅਸੀਂ ਆਪਣੇ ਸੱਭਿਆਚਾਰ ਨੂੰ ਨਾ ਭੁੱਲੀਏ ਬਾਈ, ਆਪਣੇ ਵਿਰਸੇ ਨੂੰ ਅਸੀਂ ਨਾ ਭੁੱਲੀਏ, ਨਹੀਂ ਤਾਂ ਸਾਡਾ ਰਿਸ਼ਤਿਆਂ ਦੀ ਕਦਰ, ਸਾਡੀਆਂ ਜਿਹੜੀਆਂ ਰਿਸ਼ਤੇ ਨਾਤੇ ਆ ਜਾਂ ਸਾਡੇ ਬੱਚਿਆਂ ਨੇ ਜੋ ਸਾਤੋਂ ਸਿੱਖਣਾ ਹੈ ਨਾ, ਉਹ ਵੀ ਅਸੀਂ ਸਾਰੀਆਂ ਚੀਜ਼ਾਂ ਭੁੱਲਦੇ ਜਾਂਦੇ ਹਾਂ। ਸੋ ਮੈਂ ਪਰ ਜ਼ਰੂਰ ਬੇਨਤੀ ਕਰੂੰਗਾ ਵੀ ਜਿਹੜੇ ਵੀਰ ਸਾਡੇ ਇਸ ਪੰਜਾਬ ਦੇ ਸੱਭਿਆਚਾਰ ਨੂੰ ਜਾਂ ਉਸ ਕਲਚਰ ਨੂੰ ਸਾਂਭੀ ਬੈਠੇ ਨੇ, ਤਾਂ ਇਹ ਜਿੱਥੇ ਇਹਨਾਂ ਦਾ ਕਿੱਤਾ ਹੈ ਉੱਥੇ ਸਾਡੇ ਇਹ ਸੱਭਿਆਚਾਰ ਦੀ ਇੱਕ ਝਲਕ ਵੀ ਹੈ ਇਹ ਚੀਜ਼ਾਂ, ਤਾਂ ਇਹਨਾਂ ਨੂੰ ਬਚਾਉਣ ਦੇ ਲਈ ਅਸੀਂ ਇਹਨਾਂ ਦਾ ਸਹਿਯੋਗ ਕਰੀਏ। ਜ਼ਰੂਰ ਮੈਂ ਬੇਨਤੀ ਕਰਾਂਗਾ ਕਿ ਵਿਆਹਾਂ ਸਮਾਗਮਾਂ ਦੇ ਵੇਲੇ ਜਿਵੇਂ ਬਾਈ ਸ਼ਾਮ ਨੇ ਦੱਸਿਆ ਵੀ ਸਾਨੂੰ ਪਹਿਲਾਂ 20-20 ਟੋਕਰੀਆਂ ਦੇ 10 ਦਿਨ ਦੇ ਪਹਿਲਾਂ ਦੱਸ ਦਿੰਦੇ ਸੀ, ਪਰ ਹੁਣ ਨਹੀਂ ਕੁਛ ਕਰਦੇ ਹੈ ਨਾ, ਉਹ ਪਲਾਸਟਿਕ ਜਿਹੇ ਦੇ ਤਸਲੇ ਜੇ ਵਰਤਣ ਲੱਗ ਗਏ ਆਪਾਂ, ਅਤੇ ਉਹ ਚੀਜ਼ਾਂ ਆਪਾਂ ਨਾ ਕਰੀਏ, ਅਤੇ ਜਿੰਨਾ ਵੀ ਸਹਿਯੋਗ ਆਪਾਂ ਕਰ ਸਕਦੇ ਹਾਂ ਇਹਨਾਂ ਵੀਰਾਂ ਦਾ ਤਾਂ ਕਰੀਏ, ਤਾਂ ਜੋ ਇਸ ਅਲੋਪ ਹੁੰਦੇ ਕਿੱਤੇ ਨੂੰ ਵੀ ਬਚਾਇਆ ਜਾ ਸਕੇ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।